UGC ਯਾਨੀ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਾਲਜਾਂ ਦੇ ਵਿੱਚ ਪੀਜ਼ਾ 버ਗਰਸਨ ਹੋਰ ਗੈਰ ਸਿਹਤਮੰਦ ਖੁਰਾਕੀ ਵਸਤੂਆਂ ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਨੇ ਯਾਨੀ ਕਿ ਹੁਣ ਦੇਸ਼ ਦੇ ਕਾਲਜਾਂ ਦੀਆਂ ਕੰਟੇਨਰਾਂ ਦੇ ਵਿੱਚ ਪੀਜ਼ਾ 버ਗਰ ਨਹੀਂ ਮਿਲਣਗੇ UGC ਨੇ ਇਹ ਤਾਜ਼ਾ ਹੁਕਮ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਯਾਨੀ ਕਿ ICMR ਦੀ ਹਾਲੀਆ ਰਿਪੋਰਟ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮੋਟਾਪਾ ਤੇ ਸ਼ੂਗਰ ਵੱਡੀ ਸਮੱਸਿਆ ਵਜੋਂ ਉੱਭਰ ਰਹੇ ਨੇ ਉਸ ਤੋਂ ਬਾਅਦ ਦਿੱਤੇ ਨੇ ਯੂਜੀਸੀ ਨੇ ਆਈਸੀਐਮਆਰ ਦੀ ਰਿਪੋਰਟ ਦੇ ਹਵਾਲੇ ਨਾਲ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਲਈ ਇੱਕ ਜ਼ਰੂਰੀ ਸੇਧ ਜਾਰੀ ਕੀਤੀ ਹੈ ਕਿ ਵਿਦਿਅਕ ਅਦਾਰਿਆਂ ਨੂੰ ਕੰਟੀਨਾਂ ਦੇ ਵਿੱਚ ਵੰਣ ਵਾਲੇ ਫਾਸਟ ਫੂਡ ਤੇ ਪਾਬੰਦੀ ਤੁਰੰਤ ਲਾਉਣੀ ਚਾਹੀਦੀ ਹੈ ਤਾਂ ਕਿ ਇੱਥੇ ਪੜਨ ਆਉਣ ਵਾਲੇ ਵਿਦਿਆਰਥੀ ਸਿਹਤਮੰਦ ਤਨ ਦੇ ਨਾਲ ਆਪਣਾ ਸਿਹਤਮੰਦ ਮਨ ਬਣਾ ਸਕਣ ਦਰਅਸਲ ICMR ਨੇ ਇਸੇ ਸਾਲ ਮਈ ਮਹੀਨੇ ਦੇ ਵਿੱਚ ਆਪਣੀ ਰਿਪੋਰਟ ਕੱਢੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਫਾਸਟ ਫੂਡ ਦੇ ਵਿੱਚ ਫੈਟ ਦੀ ਵੱਧ ਮਾਤਰਾ ਮੋਟਾਪਾ ਸ਼ੂਗਰ ਅਤੇ ਸਮੇਂ ਤੋਂ ਪਹਿਲਾਂ ਚਮੜੀ ਢਲਣ ਸਮੇਤ ਦਿਲ ਦਾ ਦੌਰਾ ਪੈਣ ਸਣੇ ਸਿਹਤ ਸੰਬੰਧੀ ਹੋਰ ਵਿਗਾੜਾਂ ਦਾ ਕਾਰਨ ਬਣ ਸਕਦੀ ਹੈ ICMR ਦੀ ਰਿਪੋਰਟ 2020 ਤੋਂ 2023 ਦੇ ਮੁਤਾਬਕ ਭਾਰਤ ਵਿੱਚ ਮੋਟਾਪਾ ਤੇ ਸ਼ੂਗਰ ਸਭ ਤੋਂ ਵੱਡੀ ਸਮੱਸਿਆਵਾਂ ਵਜੋਂ ਉੱਭਰ ਰਹੇ ਨੇ ਤੇ ਹਰ ਚੌਥਾ ਵਿਅਕਤੀ ਇਹਨਾਂ ਦੋਵੇਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਇਸ ਰਿਪੋਰਟ ਦੇ ਮੱਦੇ ਨਜ਼ਰ ਨੈਸ਼ਨਲ ਐਡਵੋਕੇਸੀ ਇਨ ਪਬਲਿਕ ਇੰਟਰਸਟ ਨੇ ਵੀ ਸਾਰੇ ਵਿਦਿਅਕ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਗੈਰ ਸਿਹਤਮੰਦ ਚੀਜ਼ਾਂ ਤੇ ਪਾਬੰਦੀ ਲਾਈ ਜਾਵੇ ਪੌਸਟਿਕ ਖਾਣੇ ਨੂੰ ਹੁਲਾਰਾ ਦਿੱਤਾ ਜਾਵੇ ਹਾਲਾਂਕਿ ਯੂਜੀਸੀ ਨੇ ਪਹਿਲਾਂ 10 ਨਵੰਬਰ 2016 ਤੇ 21 ਅਗਸਤ 2018 ਨੂੰ ਵੀ ਅਜਿਹੀਆਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਸਨ ਤੇ ਹੁਣ ਇੱਕ ਵਾਰੀ ਫਿਰ ਫਾਸਟ ਫੂਡ ਤੇ ਪਾਬੰਦੀ ਲਾਉਣ ਦੇ ਲਈ ਨੋਟਿਸ ਜਾਰੀ ਕੀਤਾ ਹੈ ਤੇ ਵਿਦਿਅਕ ਅਦਾਰਿਆਂ ਸਣੇ ਵਿਦਿਆਰਥੀਆਂ ਨੂੰ ਵੀ ਇਸ ਚੰਗੀ ਸਲਾਹ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਸਿਹਤ ਬਚ ਸਕੇ CBSE ਦੀਆਂ ਪ੍ਰੀਖਿਆਵਾਂ ਦੇ ਨਾਲ ਜੁੜੀ ਅਹਿਮ ਖਬਰ ਹੈ ਕਿ ਸਾਲ ਦੇ ਵਿੱਚ ਦੋ ਵਾਰੀ ਬੋਰਡ ਪ੍ਰੀਖਿਆਵਾਂ ਲੈਣ ਬਾਰੇ CBSE ਵਿਚਾਰੀ ਦੇ ਵਿੱਚ ਹੈ ਦੋ ਵਾਰੀ ਬੋਰਡ ਪ੍ਰੀਖਿਆਵਾਂ ਲੈਣ ਦੀ ਸਿਫਾਰਿਸ਼ ਨਵੇਂ ਕੌਮੀ ਪਾਠਕ੍ਰਮ ਚੌਕਟੇ ਯਾਨੀ ਕਿ NCERT ਦੇ ਵਿੱਚ ਕੀਤੀ ਗਈ ਹੈ ਪਰ CBSE ਨੇ ਹਾਲੇ ਤੱਕ ਇਸ ਤੇ ਫਾਈਨਲ ਫੈਸਲਾ ਨਹੀਂ ਲਿਆ ਇਸ ਤੇ CBSE ਬੋਰਡ ਵਿਚਾਰ ਹੀ ਕਰ ਰਿਹਾ ਹੈ ਬੋਰਡ ਦੇ ਅਧਿਕਾਰੀਆਂ ਦੇ ਮੁਤਾਬਿਕ ਸੈਮੈਸਟਰ ਸਿਸਟਮ ਦੇ ਵਜੋਂ ਪ੍ਰੀਖਿਆਵਾਂ ਲੈਣ ਦੇ ਤਿੰਨ ਸੰਭਾਵੀ ਬਦਲਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ ਪਹਿਲਾ ਬਦਲ ਬੋਰਡ ਪ੍ਰੀਖਿਆ ਜਨਵਰੀ ਫਰਵਰੀ ਵਿੱਚ ਦੂਸਰਾ ਮਾਰਚ ਅਪ੍ਰੈਲ ਜਾਂ ਬੋਰਡ ਪ੍ਰੀਖਿਆਵਾਂ ਦਾ ਦੂਜਾ ਸੈੱਟ ਜੂਨ ਦੇ ਵਿੱਚ ਸਪਲੀਮੈਂਟਰੀ ਜਾਂ ਪੂਰਕ ਜਾਂ ਇੰਪਰੂਵਮੈਂਟ ਪ੍ਰੀਖਿਆਵਾਂ ਨਾਲ ਲੈਣ ਬਾਰੇ ਚਰਚਾ ਹੋਈ ਹੈ ਤੇ ਜਿਵੇਂ ਸੀਬੀਐਸਸੀ ਦਾ ਐਕਾਡੈਮਿਕ ਕੈਲੰਡਰ ਤਿਆਰ ਕੀਤਾ ਗਿਆ ਹੈ ਤੇ ਸੀਬੀਐਸਸੀ ਸਕੂਲ ਕਿਉਂਕਿ ਦੇਸ਼ ਭਰ ਦੇ ਵਿੱਚ ਫੈਲੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਹੀ ਨੇ ਇਸ ਲਿਹਾਜ਼ ਨਾਲ ਤਾਂ ਅਧਿਕਾਰੀਆਂ ਦੇ ਮੁਤਾਬਿਕ ਸੈਮੈਸਟਰ ਸਿਸਟਮ ਘੱਟ ਲਾਹੇ ਭਾਰਤ ਤੋਂ ਵਿਦੇਸ਼ਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਦੇ ਲਈ ਜ਼ਰੂਰੀ ਜਾਣਕਾਰੀ ਹੈ ਕਿ ਨਵੀਂ ਦਿੱਲੀ ਅਤੇ ਸ਼ਿਵਾਜੀ ਸਟੇਡੀਅਮ ਵਾਲੇ ਮੈਟਰੋ ਸਟੇਸ਼ਨਾਂ ਤੇ ਵੀ ਕਮਾਂਤਰੀ ਉਡਾਣਾਂ ਦੇ ਲਈ ਚੈੱਕ-ਇਨ ਸ਼ੁਰੂ ਕਰ ਦਿੱਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨਕਿ ਡੀਐਮਆਰਸੀ ਨੇ 에어ਪੋਰਟ ਐਕਸਪ੍ਰੈਸ ਲਾਈਨ ਤੇ ਨਵੀਂ ਦਿੱਲੀ ਤੇ ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨਾਂ ਤੇ ਇਹ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਦਿੱਲੀ ਇੰਟਰਨੈਸ਼ਨਲ 에ਰਪੋਰਟ ਲਿਮਿਟਿਡ 에ਅ ਇੰਡੀਆ ਤੇ ਵਿਸਤਾਰਾ 에ਅਰਲਾਈਨਸ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਯਾਨੀ ਕਿ ਹੁਣ 에ਰਪੋਰਟ ਦੀ ਬਜਾਏ ਯਾਤਰੀ ਇਹਨਾਂ ਦੋ ਮੈਟਰੋ ਸਟੇਸ਼ਨਾਂ ਤੇ ਵੀ ਆਪਣਾ ਚੈੱਕ ਇਨ ਕਰਵਾ ਸਕਦੇ ਨੇ ਪਹਿਲਾਂ ਇਹ ਸਿਰਫ ਘਰੇਲੂ ਯਾਤਰੀਆਂ ਦੇ ਲਈ ਉਪਲਬਧ ਸੀ ਹੁਣ 에ਅਰ ਇੰਡੀਆ ਤੇ ਵਿਸਤਾਰਾ 에ਅਰਲਾਈਨਸ ਨਾਲ ਉਡਾਣ ਭਰਨ ਵਾਲੇ ਕੋਮੰਤਰੀ ਯਾਤਰੀ ਵੀ ਇਹਨਾਂ ਮੈਟਰੋ ਸਟੇਸ਼ਨਾਂ ਤੇ ਆਪਣੇ ਸਮਾਨ ਦੀ ਜਾਂਚ ਕਰਵਾ ਸਕਦੇ ਨੇ ਯਾਨੀ ਕਿ ਇਹਨਾਂ ਸਟੇਸ਼ਨਾਂ ਤੇ ਹੀ ਉਹ ਆਪਣਾ ਬੈਗੇਜ ਡ੍ਰੌਪ ਕਰ ਸਕਦੇ ਨੇ ਤੇ ਇਥੋਂ ਫਿਰ ਮਹਿਕਮਾ ਆਧੁਨਿਕ ਆਟੋਮੇਟਿਡ ਪ੍ਰਣਾਲੀਆਂ ਦੀ ਵਰਤੋਂ ਕਰਕੇ ਜਹਾਜ਼ ਤੱਕ ਯਾਤਰੀਆਂ ਦੇ ਸਮਾਨ ਨੂੰ ਸੁਰੱਖਿਅਤ ਢੰਗ ਨਾਲ ਲੈ ਕੇ ਜਾਵੇਗਾ ਚੈੱਕ ਇਨ ਸੇਵਾ 에ਅਰ ਇੰਡੀਆ ਦੇ ਯਾਤਰੀਆਂ ਦੇ ਲਈ ਸਵੇਰੇ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਤੇ ਵਿਸਤਾਰਾ 에ਅਰਲਾਈਨਸ ਦੇ ਯਾਤਰੀਆਂ ਲਈ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਚੱਲਦੀ ਰਹੇਗੀ